ਪਰਤਾਪ ਬਾਜਪਾ ਦਾ ਸੀਐਮ ਮਾਨ ਤੇ ਵੱਡਾ ਇਲਜ਼ਾਮ ਕਿਹਾ ਭਗਵੰਤ ਮਾਨ ਦੀ ਇਸ ਗਲਤੀ ਕਾਰਨ ਪੰਜਾਬ ਦੇ 1050 ਪਿੰਡਾਂ ਦੇ ਵਿੱਚ ਹੋਇਆ ਫਟਾ ਨੁਕਸਾਨ ਸਤਸ਼ਿਰ ਕਾਲਜੀ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਪਾਣੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਹਾਸਰਾ ਤੁਹਾਡੇ ਲਈ ਫੁੱਟੀ ਜਾਣਕਾਰੀ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਤੇ ਉਫਲਟਾ ਦੋਸ਼ ਲਗਾਇਆ ਕਿ ਸਰਕਾਰ ਨੇ ਠੁਕਮੇ ਪਰਪੰਦ ਕਰਨ ਦੇ ਵਿੱਚ ਢਿੱਲ ਵਰਤੀ ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਦੇਚਾ ਹਾਲੀ ਦੇ ਵਿੱਚ ਆਏ ਹੜ੍ਹਾਂ ਦੇ ਨਾਲ ਤਬਾਹੀ ਮਚੀ ਹੈ ਇਹ ਸਿਰਫ ਸੂਬੇ ਦੇ ਵਿੱਚ ਕੋ ਪ੍ਰਬੰਧਨ ਅਤੇ ਉਚਿਤ ਪ੍ਰਬੰਧਾਂ ਦੀ ਘਾਟ ਕਰਨਾ ਹੜ੍ਹਾਂ ਨੇ ਲਗਭਗ ਅੱਧੇ ਰਾਜ ਦੇ ਵਿੱਚ ਤਬਾਹੀ ਮਚਾਈ ਐਸੇ ਦੌਰਾਨ ਆਪ ਸਰਕਾਰ ਤੇ ਫਲੋ ਹੜ੍ਹਾਂ ਦੀ ਅਗਾਊ ਤਿਆਰੀ ਕਰਨ ਦੇ ਵਿੱਚ ناکਾਮਯਾਬੀ ਕਾਨ 14 ਜ਼ਿਲ੍ਹਿਆਂ ਦੇ 1056 ਪਿੰਡਾਂ ਦੇ ਵਸਨੀਕਾਂ ਨੂੰ ਭਿਆਨਕ ਅਨੁਭਵ ਦੇ ਵਿੱਚੋਂ ਗੁਜ਼ਰਨਾ ਪਿਆ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਜਦਕੀ 5 ਤੋਂ ਵੱਧ ਅਜੇ ਲਾਪਤਾ ਦੱਸੇ ਜਾ ਰਹੇ ਨੇ ਐਸੋ ਇਲਾਵਾ ਹਜ਼ਾਰਾਂ ਲੋਕ ਜ਼ਖਮੀ ਹੋਏ ਨੇ ਸੀਨੀਅਰ ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਮੌਸਮ ਵਿਭਾਗ ਨੇ 5 ਜੁਲਾਈ ਨੂੰ ਦਿੱਲੀ ਤੇ ਪੰਜਾਬ ਤੇ ਸਮੇਤ ਉੱਤਰ ਦੇ ਹੋਰ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ ਜਿਸ ਦੇ ਨਾਲ ਜਾਨੀ ਅਤੇ ਜਾਇਦਾਦੀ ਨੁਕਸਾਨ ਦੀ ਭੂ ਵਿਖਾਣੀ ਕੀਤੀ ਗਈ ਸੀ ਹਾਲਾਂਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਅਜੇ ਹੀ ਜਾਨੀ ਨੁਕਸਾਨ ਦੇ ਲਈ ਬਧੇਰੇ ਸੰਵੇਦਨਸ਼ੀਲ ਨੇ ਫਿਰ ਵੀ ਉਹਨਾਂ ਨੇ ਟੁਕਮੇ ਪਰਬੰਧ ਕੀਤੇ ਜਦੋਂ ਕਿ ਆਪ ਆਪਣੇ ਡਰਾਮੇ ਦੇ ਵਿੱਚ ਰੁੱਝੀ ਹੋਈ ਸੀ ਜਦੋਂ ਪੰਜਾਬ ਇਸ ਕੁਦਰਤੀ ਆਫਤ ਦੇ ਨਾਲ ਆਪਣੇ ਦਮਤੇ ਲੜ ਰਹੀ ਸਨ ਪੰਜਾਬ ਦੀ ਮੁੱਖ ਮੰਤਰੀ ਹਰਿਆਣਾ ਦੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਹ ਗਵਾਂਟੀ ਸੂਬੇ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਆਪਣੀ ਪਹਿਲੀ ਵਿਆਹ ਦੀ ਫੋਰੇ ਗੰਟ ਮਨਾ ਰਹੇ ਸਨ ਉਨ੍ਹਾਂ ਪੰਜਾਬੀਆਂ ਦੀ ਭਲਾਈ ਦੇ ਬਾਰੇ ਪੁੱਛਣ ਦੀ ਵੀ ਖੇਚਲ ਨਹੀਂ ਕੀਤੀ ਬਾਜਪਾ ਨੇ ਕਿਹਾ ਸਰਕਾਰ ਦੇ ਕੋਲ ਆਫਤ ਪ੍ਰਬੰਧਨ ਦੇ ਲਈ 729 ਕਰੋੜ ਰੁਪਏ ਉਪਲਬਧ ਨੇ ਇਥੋਂ ਤੱਕ ਕਿ ਕੇਂਦਰੀ ਸਰਕਾਰ ਤੋਂ 488 ਕਰੋੜ ਰੁਪਏ ਪ੍ਰਾਪਤ ਹੋਏ ਫਿਰ ਵੀ ਪੰਜਾਬ ਦੀ ਆਪ ਸਰਕਾਰ ਇਸ ਵਿਪਤਾ ਦੀ ਅਗਾਊਂ ਤਿਆਰੀ ਕਰਨ ਦੇ ਵਿੱਚ ਨਾ ਕਾਮ ਰਹੀ ਹੈ ਬਾਜਪਾ ਨੇ ਕਿਹਾ ਹੈ ਇੱਕ ਚੀਜ਼ ਸਰਕਾਰ ਆਪਣੀ ਡੂੰਗੀ ਨੀਂਦ ਤੋਂ ਜਾਗੀ ਹੁੰਦੀ ਤਾਂ ਇਹਨੇ ਵੱਡੇ ਪੈਮਾਨੇ ਦੀ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ ਸੋ ਜਿਸ ਤਰੀਕੇ ਦੇ ਨਾਲ ਪੰਜਾਬ ਇਸ ਤਬਾਹੀ ਦਾ ਸਾਹਮਣਾ ਕਰ ਰਿਹਾ ਸੋ ਜਹੀ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤਿੱਖੇ ਸਵਾਲ ਕੀਤੇ ਜਾ ਰਹੇ ਨੇ ਸੋ ਦੇਖਣਾ ਹੋਵੇਗਾ ਕਿਉਂਕਿ ਇਸ ਮੁੱਦੇ ਤੇ ਲੱਗਦਾ ਹੈ ਰਾਜਨੀਤੀ ਹੋ ਰਹੀ ਹੈ ਸੋ ਦੇਖਣਾ ਹੋਵੇਗਾ ਇਸ ਮੁੱਦੇ ਤੇ ਆਪ ਸਰਕਾਰ ਤੇ ਫਲਕੀ ਜਵਾਬ ਦਿੱਤਾ ਜਾਂਦਾ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ